ਮੈਂ ਕੁਲਵੀਰ ਸਿੰਘ ਉਂਡੋਤਰਾ ਫਰੂਟ ਯੂਨੀਅਨ ਦਾ ਪ੍ਰਧਾਨ। ਸਾਡੇ 2 ਮਹੀਨੇ ਹੋਏ ਆ ਇਹ ਸਟ੍ਰਾਈਕ ਚੱਲਦੇ, ਬਿਲਕੁਲ ਫਾਕਾ ਮਾਰਾ ਦੇਣਾ ਬੱਚੇ, ਕੋਈ ਰੇੜੀ ਫੜੀ ਨਹੀਂ ਲੱਗੀ। ਆਪਣਾ ਸੋਨੂ ਆ ਸਾਡਾ ਕਿਹੜਾ ਹੈ ਕੁਦਰਾ ਹੈ, ਇਹਦਾ ਕੋਈ 5-7 ਦਿਨ ਪਹਿਲਾਂ 20,000 ਰੁਪਏ ਦਾ ਨੁਕਸਾਨ ਕੀਤਾ ਇਹਨੇ। ਪੂਰੀ ਰੇੜੀ ਚੁੱਕੀ ਆ ਫਰੂਟ ਦੀ, ਸਾਰੀ ਵਿੱਚ ਗੱਡੀ 'ਚ ਪਾਈ ਹੈ, ਉਹ ਲਈਏ ਕਾਲੀ ਸਬਜ਼ੀ ਵੀ ਚੁੱਕੀ ਲਈ ਇਹ ਲਈ ਇਹਨੇ। ਇਹਦੇ ਅਸਾਂ ਰੱਖਿਆ ਹੁਣ ਸੋਮ ਅਤੇ ਮੰਗਲਵਾਰ ਹੜਤਾਲ। ਨਹੀਂ 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 ਸਬਜ਼ੀ ਔਰ ਫਰੂਟ ਇਹਦੀ ਹੜਤਾਲ। ਅਸੀਂ ਹੱਥ ਜੋੜੀ ਆ ਬੇਨਤੀ ਕਰਨੇ ਆ ਕਿ ਸਾਡਾ ਸਾਥ ਦੇਣ, ਅਗਰ ਆਉਂਦੇ ਠੀਕ ਹੈ ਨਹੀਂ ਆਉਂਦੇ। ਜੇ ਲੀਡਰ ਐਸੇ ਹੜਤਾਲਾਂ ਹੋ ਸਕਦੀਆਂ, ਕੋਈ ਪਾਰਟੀ ਐਸੇ ਹੜਤਾਲਾਂ ਹੋ ਸਕਦੀਆਂ, ਇਹਦੇ ਮਜ਼ਦੂਰ ਐਸੇ ਕਹਿੰਦੇ ਹੜਤਾਲਾਂ ਹੋ ਸਕਦੀਆਂ। ਪਹਿਲੀ ਗੱਲ ਤਾਂ ਇਹਦੇ ਰੇੜੀ ਦੇ 2 ਟੋਟੇ ਹਲੇ ਵੀ ਮਿਊਂਸੀਪਲ ਕੌਂਸਲ ਪਏ ਦੇਣ, ਇੱਕ ਰੇੜੀ ਦਾ ਰੁਝਾਨਾ ਮਿਲਿਆ ਮਗਰ ਇਹਦਾ ਰੁਝਾਨਾ ਕਹਿੰਦੇ ਨੇ। ਗੱਲ ਰੁਝਾਨੇ ਦੀ ਨਹੀਂ ਹੈ, ਉਸ ਬੰਦੇ ਕੀ ਵੀ ਕੈਪਚਰ ਕੀਤਾ ਗਿਆ, ਅੱਜ ਉਹ ਬੰਦਾ ਕਿੱਥੇ ਮੈਂ ਪੁੱਛਣਾ ਚਾਹੁੰਦਾ, ਉਹ ਬੰਦਾ ਨਹੀਂ ਹੈ, ਸਵੇਰ ਦਾ ਨਹੀਂ ਲੱਭਿਆ ਸਾਨੂੰ। ਦੂਆ ਨੰਬਰ ਗੱਲ ਹੈ, 10,000 ਰੁਪਏ ਦੀ ਗੱਲ ਨਹੀਂ ਹੈ, 10,000 ਰੁਪਏ ਕਹਿੰਦੇ ਘਰ ਸਰਦਾ ਕੋਈ ਦਾ, ਇਹ ਪੂਰੀ ਉਮਰ ਦਾ ਮਸਲਾ ਹੈ। ਰੇੜੀ ਫੜੀ ਵਾਲੇ ਕਿੱਥੇ ਜਾਣਗੇ, ਜਿੰਦਾ ਗਏ ਨੇ ਜਗ੍ਹਾ ਨਹੀਂ ਮਿਲਗ। ਮੈਂ ਪੁੱਛਣਾ ਚਾਹੁੰਦਾ ਡੀਸੀ ਸਾਹਿਬ ਵੀ ਪੁੱਛਣਾ ਚਾਹੁੰਦਾ, ਸਾਡੇ ਸ਼ਹਿਰ ਦੇ ਵਿੱਚ ਬੜੀ ਸ਼ੈਲ ਸ਼ੈਲ ਜਗ੍ਹਾ ਨੇ, ਇਹ ਸਕੂਲ ਪੈਦਾ, ਪਾਰਕਿੰਗ ਪੈਦੀ ਹੈ, ਇਹਨੇ ਕੋਈ ਅੱਛੀ ਜਗ੍ਹਾ ਇੱਕ ਸਿਸਟਮ ਸੈੱਟ ਕੀਤਾ ਜਾਏ, ਇਹ ਗਰੀਬ ਬੰਦੇ ਕਿੱਦਾਂ ਕੀਤਾ ਜਾਏ। ਅਗਰ ਤੁਸੀਂ ਇਹਨੇ ਜਗ੍ਹਾ ਦੇ ਅੱਗੇ ਮਜ਼ਾ ਲਾ, ਕੋਈ ਗਰੀਬ ਬੰਦਾ ਤੁਹਾਨੂੰ ਰੋਡ ਪਰ ਲੱਗ, ਸਾਰੇ ਤੁਹਾਨੂੰ ਕੋਪਰੇਟ ਕਰਨਗੇ। ਮੈਂ ਇੱਕੋ ਅਪੀਲ ਕਰਾਂਗਾ ਡੀਸੀ ਸਾਹਿਬ ਕੀ, ਇਹਨੇ ਗਰੀਬੇ ਮਜਬੂਰ ਨਹੀਂ ਕਰੋ ਰੋਡ ਬਣਾਉਣੇ ਕੀ। ਅਗਰ ਗਰੀਬ ਬੰਦਾ ਹੀ ਇੱਕ ਐਸਾ ਬੰਦਾ ਜਿਹੜਾ ਲੀਡਰ ਕੀ ਦੂਰ ਪਿਆਉਂਦਾ, ਅਗਰ ਇਹ ਬਿਟਰੀਆ ਤਾਂ ਬੜੀ ਮਾੜੀ ਹੋ ਜਾਣੀ ਹੈ, ਅਤੇ ਮੈਂ ਸ਼ਾਹਣਾ ਸ਼ਹਿਰ ਵਿੱਚ ਸਲਾਬ ਆਈ ਜਾਣਾ ਅਗਰ ਇਹ ਬਿਟਰੀਆ ਦੇ ਇਹ ਇਕੱਠਾ ਹੀ ਜਾਣਾ। ਅਸੀਂ ਸੋਮਵਾਰ ਤੱਕ ਐਡਮਿਨਿਸਟ੍ਰੇਸ਼ਨ ਕੀ ਦਿੰਦੇ ਹਾਂ ਟਾਈਮ, ਸੋਮਵਾਰ ਤੱਕ ਇਹਦੇ ਬਾਰੇ ਸੋਚਣ, ਸ਼ਨੀਵਾਰ ਅਤੇ ਸ਼ਨੀ ਦੇ ਐਤਵਾਰ ਦੋ, ਅਸੀਂ 2 ਟਾਈਮ 2 ਦਿਨ ਦਿੱਤੇ ਨੇ, ਅਤੇ ਸੋਮਵਾਰ ਉੱਭਰ ਪ੍ਰਦਰਸ਼ਨ ਹੋਵੇ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕ ਇਕੱਠੇ ਹੋਣਗੇ। ਇਹ ਬੜਾਈਆਂ ਯਾਨੀ ਕਿ ਸਲਾਬ ਆ ਜਾਣਾ, ਜਨ ਸਲਾਬ ਆ ਜਾਣਾ ਸੁਣਾਉਣਾ, ਕਿਉਂਕਿ ਗਰੀਬ ਕੋਲੋਂ ਵੱਡੀ ਗਰੀਬ ਦੀ ਬਦਦੁਆ ਬੜੀ ਹੁੰਦੀ ਹੈ, ਇਹਦੇ ਕੋਲ ਵੱਡੀ ਬਦਦੁਆ ਨਹੀਂ ਹੁੰਦੀ ਹੈ ਵੀ ਸੁਣਾਓ ਕਿੱਥੇ ਜਾਣਗੇ। ਇਸ ਬੰਦੇ ਨੇ 20,000 ਰੁਪਏ ਕਈ ਸਾਲ ਲੱਗੀ ਜਾਣੇ ਸੀ ਪੂਰਾ ਕਰਦੇ। ਮੈਂ ਪੁੱਛਣਾ ਉਹ ਟੋਟਾ ਪਿਆ ਜਿਹੜਾ ਨਾਰੀਅਲ ਦੱਸੇ ਕਰਦੇ, ਤੁਸੀਂ ਦੇਖਿਆ ਰੇੜੀ ਦਾ ਟੋਟਾ ਉੱਥੇ ਪੈਦਾ, ਉਹਦਾ ਰੋਜ਼ਾਨਾ ਕੌਣ ਦੇਣਗੇ, ਇਹ ਸਾਰਾ ਗਰੀਬ ਪਰਿਵਾਰ ਆ ਦੇਖੋ ਇਕੱਠਾ ਇਹਦਾ। ਮੈਂ ਆਖਣਾ ਅਸੀਂ ਸੋਮਵਾਰ ਦਾ ਸ਼ਨੀ ਐਤਵਾਰ ਦਾ ਟਾਈਮ ਦਿੱਤਾ, ਸੋਮਵਾਰ ਅਸੀਂ ਆਪਣੇ ਬੱਚੇ ਨਾਲ ਲਈਏ ਰੋਡ ਪਰ ਨਿਕਲੇ, ਹਰ ਬੰਦਾ ਮਜ਼ਦੂਰ ਆਪਣੇ ਆਪਣੇ ਬੱਚੇ ਲਈ ਰੋਡ ਪਰ ਨਿਕਲ, ਆਪਣੇ ਆਪਣੇ ਬੱਚੇ ਲਈ ਰੋਡ ਪਰ ਨਿਕਲਣ। ਇਹ ਕਿੱਥੇ ਜਾਣਗੇ ਮੈਂ ਸੁਣਾਉਣਾ, ਮੁਲਾਜ਼ਮੇ ਜਿਹੜੇ ਸਿਕੰਜਾ ਪੂਜਣ, 2-3 ਖਲਾਸ ਆ ਖਲਾਸ ਖਲਾਬਰ ਜੀ ਇੱਕ ਬੰਦਾ ਤੰਗ ਕਰਦਾ ਮਜ਼ਦੂਰੇ, ਡੀ ਸੀ ਸਾਹਿਬ ਨੇ ਕਦੀ ਕੋਈ ਤੰਗ ਨਹੀਂ ਕੀਤਾ, ਨਾ ਕੋਈ ਨਾਲ ਨਜਾਇਜ਼ ਕੀਤੀ, ਹਮੇਸ਼ਾ ਇੱਕ ਗਾਈਡਲਾਈਨ ਦਿੱਤੀ ਹੈ। ਮਗਰ ਜਿਹੜੇ ਕਮੇਟੀ ਵਾਲੇ ਨੇ 2-3 ਬੰਦੇ ਇੰਨਾ ਬੋਲਦੇ ਨੇ ਜਿੰਨਾ ਮੈਂ, ਇਹ ਕੋਈ ਉਗਰਵਾਦੀ ਨਾ ਕੋਈ ਬੇੜੀਏ ਨਾ ਜਾਂ ਕਿਸੇ ਨੇ ਚੋਰੀ ਸਮਾਨ ਹੈ। ਮੈਂ ਪੁੱਛਣਾ ਅੱਜ ਕਿੰਨਾ ਨੁਕਸਾਨ ਹੋਇਆ, ਕਮੇਟੀ ਵਾਲੇ ਕੋਈ ਬੰਦੇ ਗਰ ਜਾਣਾ ਤਾਂ ਤੁਸੀਂ 500 ਰੁਪਏ ਲਿਓ, ਸਵੇਰ ਵਾਪਸ ਕਹਿੰਦੇ ਤਾਂ ਸਮਾਨ ਕਿੱਥੇ ਗਿਆ ਸਮਾਨ ਉਹ। ਮੈਂ ਪੁੱਛਣਾ ਚਾਹੁੰਦਾ ਪੁੱਛਣ ਵਾਲਾ ਕਹਿਣੀ ਹੈ, ਇਹ ਪੁੱਛਰ ਖਾਨਾ ਕੈਸੀ ਬਣਾਦਾ, ਜਾਂ ਤਾਂ ਡੰਗਰ ਬੰਨੀ ਉਹ ਬੜੇ ਡੰਗਰ ਬਾਹਰ ਨਾ, ਅਤੇ ਇਹਨੇ ਲੋਕਾਂ ਵਿਚਾਰੇ ਕੀ ਕਹਿ ਦੰਗਰ ਨਾ ਲਾਦਾ ਵੀ ਸੁਣਾਵਾਂ, ਇਹਦੀ ਕੋਈ ਰੂਹ ਇਹਦੇ ਵਿੱਚ ਵੀ ਰੋਂਦੀ ਰੂਹ ਹੈ ਕੋਈ, ਕਹਿ ਦੰਗਰ ਨਾ। ਮੈਂ ਐਡਮਿਨਿਸਟ੍ਰੇਸ਼ਨ ਅੱਗੇ ਅਪੀਲ ਕਰਨਾ, ਡੀ ਸੀ ਸਾਹਿਬ ਅੱਗੇ ਗੁਜ਼ਾਰਿਸ਼ ਕਰਨਾ, ਮੈਂ ਡੀ ਸੀ ਸਾਹਿਬ ਅੱਗੇ ਗੁਜ਼ਾਰਿਸ਼ ਕਰਨਾ, ਤੁਸੀਂ ਦੇਖਿਆ ਇਹ ਗਰੀਬ ਬੰਦਾ ਅਗਰ ਯਾਰ ਕਮੇਂਟਾਂ ਦੇ ਕੰਨੇ ਤੰਗੀ ਹੈ, ਬਾਜ਼ਾਰ ਦੇ ਵਿੱਚ ਮੰਡੀ ਲੱਗੀ ਸੀ ਮੈਂ ਸੁਣਾ, ਉਹਦੇ ਵਿੱਚ ਕੀ ਪਰੇਸ਼ਾਨੀ ਸੀ, ਸਾਈਡ ਸਾਈਡ ਉੱਪਰ ਰੇੜੀਆਂ, ਨਾਲਾ ਦੇਖੋ ਕੋਰ ਦੇ ਸਾਹਮਣੇ 8-8 ਫੁੱਟ ਪੂਰਾ ਖੁੱਲ੍ਹਾ, ਉਹਦੇ ਕੰਨੇ ਕੋਈ ਪਰੇਸ਼ਾਨੀ ਨਹੀਂ ਲੋਕਾਂ ਹੀ। ਮਗਰ ਮੇਰਾ ਇੱਕ ਮਸਲਾ ਇਹ ਹੈ, ਦੇਖੋ
ਜੇ ਗਰੀਬ ਦੀ ਰੇਹੜੀ ਕੰਨੇ ਇੰਨੀ ਤੰਗੀ ਹੈ, ਕੋਈ ਮਾਰਟ ਖੁੱਲਦਾ ਬਾਜ਼ਾਰ ਦੇ ਵਿੱਚ, ਕੋਈ ਉੱਧਰ ਖੁੱਲਦਾ, ਸੌ ਸੌ ਮੋਟਰਸਾਈਕਲ ਲੱਗਦਾ, ਕਦੀ ਕੋਈ DC ਨੇ, ਕੋਈ SP ਨੇ, ਕੋਈ ਅਡੀਸ਼ਨਲ SP ਨੇ ਕੋਈ ਸੰਗਿਆਨ ਲਿਆ, ਕਦੀ ਕੋਈ ਗੱਲ ਆ, ਸਿਰਫ ਗਰੀਬੀਆਂ ਦੇ ਰਿਐਕਸ਼ਨ ਕਿਆ ਕਿਆ ਜਿਹੜੇ ਪ੍ਰਧਾਨ ਮੰਤਰੀ ਮੋਦੀ ਹੋਰ ਐਡੀ ਵੱਡੀ ਯੋਜਨਾ ਚਲਾ ਕਰਦੇ, ਕਦੀ ਉਹਨੇ ਕੋਈ ਕੋਈ ਚਲਾਈ ਗਰੀਬੀਆਂ ਵਾਸਤੇ ਚਲਾਈ, ਕਦੀ ਇਹ ਨਹੀਂ ਆਖਿਆ ਗਰੀਬੇ ਦੇ ਪੰਜੇ ਚਲਾਓ, ਪੰਜੇ ਚਲਾਉਣੇ ਵਾਸਤੇ ਗਰੀਬ ਨਾ ਛੜਕਣ ਜਿਹੜੀਆਂ ਦੇਖੋ। ਸਮੱਸਿਆ ਜਿਹੜੀ ਪਿਛਲੇ 4-5 ਮਹੀਨੇ ਹੋਈ ਆ, ਇਸੀ ਰੇਹੜੀ ਫੜੀ ਸਮੱਸਿਆ ਚੱਲਦੇ, ਕਿਆ ਐਡਮਿਨਿਸਟ੍ਰੇਸ਼ਨ ਕੋਲ ਇੰਨੀ ਪਾਵਰ ਵੀ ਹੈ ਨਹੀਂ, ਕਿਆ ਇੰਨੇ ਲਾਚਾਰ ਬੰਦੇ, ਮਜ਼ਦੂਰ ਬੰਦੇ ਜਿਹੜੇ ਇਹਨਾਂ ਰੂਲਾਂ ਦੇ 4-5 ਮਹੀਨੇ ਹੋਈ ਆ, ਇਹਨੇ ਰੋਜ਼ਗਾਰ ਦਿੱਤੇ, ਆਪਣੇ ਬੱਚੇ ਫੀਸਾਂ ਕਿੱਥੋਂ ਦੇਣੀਆਂ, ਆਪਣੇ ਘਰ ਦੇ ਖਰਚੇ ਕਿੱਥੋਂ ਚਲਾਉਣੇ ਨੇ। ਐਡਮਿਨਿਸਟ੍ਰੇਸ਼ਨ ਅੱਗੇ ਇਹੋ ਦਰਖਾਸਤ ਹੈ, ਅਗਰ ਗੱਲ ਕੀਤੀ ਜਾਏ ਐਜ਼ ਪਰ ਲਾਅ ਦੀ, ਤਾਂ ਐਡਮਿਨਿਸਟ੍ਰੇਸ਼ਨ ਕੋਲ ਕੋਈ ਅਧਿਕਾਰ ਨਹੀਂ ਹੈ DC ਕਠੂਆ ਕੋਲ ਕਿ ਜਿਹੜੀ ਨੈਚੁਰਲ ਮਾਰਕੀਟ ਹੈ ਕਠੂਏ ਦੀ ਉਸੀ ਡਿਸਟਰਬ ਕੀਤਾ ਜਾਏ, ਉਸੀ ਜਿੱਧਰ ਹੈ ਉੱਥੋਂ ਥੋੜ੍ਹੇ ਪਿੱਛੇ ਐਡਜਸਟ ਕੀਤਾ ਜਾ ਸਕਦਾ, ਲੇਕਿਨ ਸਾਡੀ ਜਿਹੜੀ ਮੰਗ ਹੈ, ਮੇਨ ਮੰਗ ਇਹੋ ਹੈ ਜਿੰਨੇ ਵੀ ਪੂਰਾ ਕਠੂਆ ਜਿਹੜੇ ਹੈ ਫਰੂਟ ਸਬਜ਼ੀ ਮੰਡੀ ਮੰਡੀ ਵੀ ਬੰਦ ਹੋਏਗੀ, ਔਰ ਜਿਹੜੀ ਇੱਥੇ ਵੈਂਡਰ ਨੇ ਇਹ ਵੀ ਬੰਦ ਹੋਏਗੇ, ਅਤੇ ਸਾਡੇ ਸ਼ਹਿਰ ਵਾਸੀਆਂ ਅੱਗੇ ਨਿਵੇਦਨ ਹੈ ਕਿ ਜਿਹੜੀ ਸਬਜ਼ੀ ਤੁਸੀਂ ਲੈਣੀ ਹੈ ਸ਼ਨੀ ਦੇ ਐਤਵਾਰ ਲਈ ਸਕਦੇ ਹੋ, ਉਹਦੇ ਬਾਅਦ ਮੰਡੇ ਗਈ ਤੁਹਾਨੂੰ ਸਬਜ਼ੀ ਨਹੀਂ ਮਿਲੇ, ਅਤੇ ਉਹਦੇ ਦੋਸ਼ੀ ਸਾਡੇ ਜਿਹੜੇ ਭਰਾ ਹਨ, ਇਹ ਭਰਾ ਉਹਦੇ ਦੋਸ਼ੀ ਨਹੀਂ ਹੋਣਗੇ, ਅਤੇ ਬਾਹਰੋਂ ਵੀ ਜਿਹੜੀ ਸਬਜ਼ੀ ਲੈਣਗੇ ਉਹ ਸਾਡੇ ਬੰਦ ਨੇ। ਬਾਕੀ ਜਿਹੜੀ ਵੀ ਸਾਡੀ ਸ਼ਹਿਰ ਦੀ ਮਾਰਕੀਟ ਹੈ, ਮੈਂ ਸਾਰੇ ਅੱਗੇ ਹੱਥ ਜੋੜੀ ਹੈ ਬੇਨਤੀ ਕਰਨਾ ਆਪਣੇ ਕੋਲੋਂ ਕਿ ਇਹਦੇ ਮਜ਼ਦੂਰਾਂ ਤਾਹੀਂ, ਇਹ ਮੇਰੇ ਭਰਾਵਾਂ ਤਾਹੀਂ ਜਿਹੜੇ ਰੇਹੜੀ ਫੜੀ ਵਾਲੇ ਨੇ, ਮਿਹਨਤ ਮਜ਼ਦੂਰੀ ਕਰੇ ਖਾ ਦੇਣ, ਇਹਦਾ ਸਾਥ ਦਿਓ। ਮੈਟਾਡੋਰ ਵਾਲੇ, ਆਟੋ ਵਾਲੇ, ਜਿਹੜੇ ਵਪਾਰ ਮੰਡਲ ਨੇ, ਮੈਂ ਸਾਰੇ ਅੱਗੇ ਤਹਿ ਦਿਲ ਕਰਨਾ ਉਹਦੇ ਅੱਗੇ ਹੱਥ ਜੋੜੀ ਹੈ ਬੇਨਤੀ ਕਰਨਾ ਕਿ ਇਹਦਾ ਸਾਥ ਦਿਓ ਕਠੂਆ ਬੰਦ ਕਰਨ ਦੀ, ਕਿਉਂਕਿ ਜੇ ਤੁਸੀਂ ਸਾਰੇ ਬਾਹਰ ਅੱਗੇ ਆ ਜਿਹਦੇ ਪਰ ਬਿਪਤਾਈ ਹੈ, ਕੱਲ੍ਹ ਤੁਹਾਡੇ ਪਰ ਵੀ ਆਉਣੀ ਔਰ ਤੁਹਾਡੇ ਬੱਚਿਆਂ ਪਰ ਵੀ ਆਉਣੀ, ਅਤੇ ਜੇ ਤੁਸੀਂ ਅੱਜ ਇਹਦਾ ਸਾਥ ਨਹੀਂ ਦਿੱਗੇ ਤਾਂ ਕੱਲ੍ਹ ਇਹਨੇ ਵੀ ਪਿੱਛੇ ਹਟ ਜਾਣਾ, ਫਿਰ ਤੁਸੀਂ ਇਕੱਲੇ ਪਈ ਜਾਣਾ, ਅਤੇ ਸਾਡੇ ਸ਼ਹਿਰ ਦੀ ਸਮੱਸਿਆ, ਸਾਰੇ ਬਾਹਰ ਆਓ, ਇਹੀ ਤੁਹਾਡੇ ਅੱਗੇ ਦਰਖਾਸਤ। ਪਹਿਲੇ ਸਾਰੇ ਪ੍ਰੈਸ ਵਾਲਿਆਂ ਦਾ ਸ਼ੁਕਰੀਆ ਜਿਹੜੇ ਸਾਡੇ ਹਮੇਸ਼ਾ ਹੀ ਪਿਛਲੇ 3-4 ਮਹੀਨੇ ਦਾ ਸਾਡੇ ਕੰਨੇ ਸਮਰਥਨ ਕਰਾਉਂਦੇ ਨੇ, ਔਰ ਅੱਜ ਜਿਹੜਾ ਸਾਡਾ ਇੱਕ ਇਕੱਠਾ ਹੋਣ ਦਾ ਇੱਕ ਇਹ ਹੈ ਕਿ ਸਾਡਾ ਮੋਟਿਵ ਇਹ ਹੈ ਕਿ ਸਾਨੂੰ ਜਿਹੜਾ ਡਿਸਟਰਬ ਹੋਏ ਦੇ ਅਸੀਂ 3-4 ਮਹੀਨੇ ਤੋਂ ਸਾਰੇ, ਕੋਈ ਕਿਸੇ ਤਰ੍ਹਾਂ ਕੁਛ ਸਮਝ ਹੀ ਨਹੀਂ ਆ ਰਹੀ ਹੈ ਕਿ ਸਾਡੇ ਲੋਕਾਂ ਨੇ ਕੀ ਕਰੀਏ, ਅਸੀਂ ਕਿਸ ਤਰੀਕੇ ਨਾਲ ਕੰਮ ਕਰੀਏ। ਅਗਰ ਅਤੀਕ੍ਰਮਣ ਦੀ ਗੱਲ ਆ ਜਾਂਦੀ ਹੈ, ਅਤੀਕ੍ਰਮਣ ਤੁਸੀਂ ਸਾਡੇ ਰੇਹੜੀਆਂ ਪਰ ਹੀ ਹੁੰਦਾ, ਰੇਹੜੀ ਪਰ ਐਜ਼ ਪਰ ਲਾ ਰੇਹੜੀ ਚੱਲਦੀ ਯਾਰ, ਕਿਹੜਾ ਅਤੀਕ੍ਰਮਣ ਹੈ ਯਾਰ, ਤੁਸੀਂ ਉਸ ਬੰਦੇ ਦਾ ਇੱਕ ਸਾਡਾ ਤਮਾਸ਼ਾ ਬਣਾਉਣ ਲੱਗੇ ਹੋ, ਪਰਸੋਂ ਚੋਸ ਇਸ ਬੰਦੇ ਦਾ ਬਣਾਇਆ, ਕੱਲ੍ਹ ਉਸ ਬੰਦੇ ਦਾ ਬਣਾਇਆ, ਇਹ ਕੰਪਨਸੇਸ਼ਨ ਦੇਈਏ, ਤੁਸੀਂ ਗੱਲ ਮਿੱਟੀ ਪਾਈ ਖਤਮ ਕਰੀ, ਐਡਮਿਨਿਸਟ੍ਰੇਸ਼ਨ ਅੱਗੇ ਇਹ ਆਖਣਾ ਕਿ ਤੁਸੀਂ ਤਾਂ ਗੱਲ ਖਤਮ ਕਰੀ, ਲੇਕਿਨ ਇਹਦਾ ਕੋਈ ਡਿਸੀਜ਼ਨ ਤਾਂ ਲਓ ਯਾਰ, ਤੁਸੀਂ ਉਹ ਮੰਡੀ ਸਾਨੂੰ ਸੈਂਕਸ਼ਨ ਕਰਾ ਦਿਓ, ਉਹ ਇਲਾ ਕਿ ਡੈਵਲਪ ਏਰੀਆ ਨਹੀਂ ਹੈ, ਅਗਰ ਤੁਸੀਂ ਰਨਿੰਗ ਮਾਰਕੀਟ ਡਿਸਟਰਬ ਕਰਦੇ ਹੋ ਤਾਂ ਡੈਵਲਪ ਏਰੀਏ 'ਚ ਦੇ ਰਹੇ ਹੋ ਨਾ, ਨੀਅਰ ਅਬਾਊਟ ਤੁਹਾਡੇ ਨੀਅਰ ਅਬਾਊਟ ਇੰਨੀ ਸਪੇਸ ਹੈ, ਇਹ ਮਾਰਕੀਟ ਜਿਹੜੀ ਪਾਰਕਿੰਗ ਹੈ ਇਹ ਪੇਦੀ ਹੈ, ਸਾਰੇ ਬੰਦੇ ਐਗਰੀ ਨੇ ਕਿ ਅਸੀਂ ਐਜ਼ ਏ ਰੈਂਟ ਦੇਣੇ ਫਿਰ ਵੀ ਤਿਆਰ ਹੈ। ਐਜ਼ ਪਰ ਲਾ ਅਗਰ ਐਡਮਿਨਿਸਟ੍ਰੇਸ਼ਨ ਕੋਲ ਇੱਕ ਅਥਾਰਟੀ ਹੈ ਕਿ ਸਿਟੀ ਦੇ ਵਿੱਚ ਕੋਈ ਵੀ ਜਗ੍ਹਾ ਹੈ ਉਹ ਆਪਣੀ ਰਿਲੀਜ਼ ਪਰ ਲਈ ਹੈ ਸਾਨੂੰ ਦੇ ਸਕਦੇ ਰੈਂਟ ਪਰ, ਅਗਰ ਉਹ ਇੰਨੀਆਂ ਕਰ ਸਕਦੇ ਤਾਂ ਕਿਆ ਇਹ ਪਾਰਕਿੰਗ ਗੌਰਮੈਂਟ ਦੀ ਹੈ, DC ਸਾਹਿਬ ਕੋਲ ਇੰਨੀ ਅਥਾਰਟੀ ਹੈ ਨਹੀਂ ਹੈ ਕਿ ਇਹ ਸਾਨੂੰ ਪ੍ਰੋਵਾਈਡ ਕਰੇ ਤਾਂ ਕਿ ਅਸੀਂ ਸਾਰੇ ਉੱਥੇ ਐਡਜਸਟ ਹੋਈ ਅੱਜ, ਔਰ ਅਸੀਂ ਮੰਥਲੀ ਵੀ ਇਹਨੇ ਹੀ ਰੈਂਟਡ ਦੇਈਏ, ਜਿਹੜਾ ਜੈਨੂਨ ਹੈ ਉਹ ਇਹਨੇ ਹੀ ਪਿਛਲੇ 12 ਸਾਲ ਦੀ ਪਾਰਕਿੰਗ ਵਿਹਲੀ ਪੇ ਦੀ ਹੈ, ਕੁਛ ਨਹੀਂ ਦਿਆ ਦੀ, 6-6 ਮਹੀਨੇ ਹੋਈਏ ਅਤੇ 50 ਨੰਬਰ ਦੀਆਂ ਗੱਡੀਆਂ ਲੱਗਦੀਆਂ ਜਿਹਦਾ ਕੋਈ ਅਤਾ ਪਤਾ ਨਹੀਂ ਹੈ, ਅਸੀਂ ਉੱਥੇ ਕੰਮ ਕਰਨੇ ਮੰਗਾਉਣੇ ਆ ਔਰ ਐਜ਼ ਏ ਅਸੀਂ ਰੈਂਟ ਦੇਣੇ ਤਿਆਰ ਹਾਂ ਉਸ ਸਪੇਸ ਦਾ। ਇਹ ਡੈਵਲਪ ਏਰੀਆ ਮਾਰਕੀਟ ਜਿਹੜੀ ਹੈ ਡੈਵਲਪ ਏਰੀਆ 'ਚ ਹੀ ਐਡਜਸਟ ਹੋਣੀ ਹੈ, ਨਾ ਕਿ ਤੁਸੀਂ ਇੱਕ ਜਿਹੜਾ ਹਾਲੇ ਡੈਵਲਪ ਹੀ ਨਹੀਂ ਹੋਇਆ ਏਰੀਆ ਉੱਥੇ ਤੁਸੀਂ ਮਾਰਕੀਟ ਭੇਜਾ ਦਿਓ, ਸੈਟਲ ਹੁੰਦੇ ਹੁੰਦੇ ਸਾਡੇ ਸਿਰ ਪਰ ਇੰਨੇ ਕਰਜ਼ੇ ਚੜ੍ਹੀ ਜਾਣੇ ਨੇ, ਆਲਰੇਡੀ ਜਿਹੜੇ ਪਿਛਲੇ 4 ਮਹੀਨੇ ਅਸੀਂ ਕਿਸੇ ਕੋਲੋਂ ਫੜੀਏ ਬਾਹਰੋਂ ਕਰੀਏ ਪੈਸੇ ਜਾਂ ਕੁਝ ਕਰੀਏ ਕੰਮ ਕਰਾਉਣੇ ਆ, ਹੁਣ ਜਿਹੜਾ ਅਸੀਂ ਅਨਡੈਵਲਪ ਏਰੀਏ ਜਾ ਕੇ ਤਾਂ ਸਾਡਾ ਹੋਰ ਕਰਜ਼ਾ ਚੜ੍ਹੀਆਂ, ਅਸੀਂ ਉੱਠ ਕਦੋਂ ਉੱਠਣਾ ਆ। ਅੱਜ ਸਾਡੀ ਇਹੀ ਅਪੀਲ ਹੈ ਕਿ ਇਹਨੇ ਪਹਿਲਾਂ ਤੁਸੀਂ ਲੋਨ ਦਿੰਦੇ ਹੋ,
ਇੱਕ ਗੌਰਮੈਂਟ ਲੋਨ ਦਿੰਦੀ ਹੈ ਕਿ 10,000 ਤੁਸੀਂ ਕੰਪਲੀਟ ਕਰ ਲਿਆ, ਹੁਣ ਤੁਸੀਂ ਹੋਰ ਲਾਓ ਲੋਨ, ਅਗਰ ਉਹ ਲੋਨ ਲਈਏ ਕੰਮ ਵੀ ਕਰਾ ਦਿਆ ਤੁਹਾਡੇ ਕੋਲੋਂ, ਫਿਰ ਤੁਸੀਂ ਹੁਣ ਇਹ ਕੰਮ ਨਹੀਂ ਕਰਨ ਦੇ ਆ ਦਿਓ ਤਾਂ ਫਿਰ ਉਹ ਲੋਨ ਕਿੰਨਾ ਚੁਕਾਉਣਾ, ਤਾਂ ਕਿ ਅਧੀਨ ਰੋਈਏ ਅਸੀਂ ਥੱਲੇ ਲੱਗੇ ਦੇ ਰੋਈਏ ਮਰੀਏ ਝਾਈ, ਇਹ ਸਾਰੇ ਮਰੀ ਜਾਣ, ਕਰਨਾ ਤਾਂ ਇੰਡੀਓ ਕੰਮ ਹੀ ਹੈ ਨਾ ਰੇਹੜੀਆਂ ਫੜੀਆਂ ਦਾ, ਸਾਡਾ ਵੀ ਸ਼ੌਕ ਨਹੀਂ ਹੈ ਕਿ ਸਾਨੂੰ ਸੜਕਾਂ ਮਰਾਈਏ ਤੁਹਾਡੇ ਖਿਲਾਫ਼ ਪ੍ਰਦਰਸ਼ਨ ਕਰੀਏ, ਬਟ ਡੀਸੀ ਸਾਹਿਬ ਕੁਛ ਤਾਂ ਸੋਚੋ ਯਾਰ, ਇਹ ਡੈਵਲਪ ਏਰੀਏ ਜੇ ਮਾਰਕੀਟ ਦਿਓ ਨਾ, ਆਊਟ ਆਫ ਡੈਵਲਪ ਕਹਿਲੀ ਦਿਆ ਦਿਓ, ਉਹ ਏਰੀਆ ਵਾਲੇ ਡੈਵਲਪ ਹੁੰਦੇ ਅਸੀਂ 10 ਸਾਲ ਲੱਗਣੇ ਨੇ ਯਾਰ, ਤੁਸੀਂ ਇੱਥੇ ਤਾਂ ਦਿਓ ਡੈਵਲਪ ਤੁਹਾਡੇ ਕੋਲ ਹੈ, ਅਸੀਂ ਰੈਂਟ ਦੇਣੇ ਤਿਆਰ ਹਾਂ ਸਪੇਸ ਦਾ ਯਾਰ, ਤੁਹਾਡੇ ਕੋਲ 12 ਸਾਲ ਹੋਈ ਇੱਥੇ ਕੁਛ ਨਹੀਂ ਬਣਦਾ, ਐਜ਼ ਪਰ ਲਾ ਦੇਖੀ ਜਾਏ ਤੁਸੀਂ ਅਗਰ ਇਸਦਾ ਹਿਸਾਬ ਵੀ ਕਰਕੇ ਨਾ ਲੱਖੇ ਦੇ ਹਿਸਾਬ ਕਰਨੇ ਤੁਹਾਡੇ ਕੋਲ ਸਾਲੇ ਦਾ ਮੇ ਬੀ 30-36 ਲੱਖ ਰੁਪਇਆ ਤੁਹਾਡੇ ਕੋਲ ਇਕੱਠਾ ਹੋ ਸਕਦਾ, ਦਿਆਣਿਆ ਕਿ ਦੇਖ ਲਓ ਇਸ ਤਰੀਕੇ ਦਾ ਅਸੀਂ ਰੈਂਟ ਦੇਣੇ ਤਿਆਰ ਹਾਂ ਸਪੇਸ ਦਾ, ਅਤੇ ਅਗਰ ਇਹ ਚੀਜ਼ ਹੋ ਜਾਂਦੀ ਹੈ 2 ਦਿਨ 'ਚ ਤਾਂ ਬੈਟਰ ਹੈ, ਨਹੀਂ ਤਾਂ ਉਹਦੇ ਬਾਅਦ ਸੋਮ ਮੰਗਲਵਾਰ ਤੋਂ ਫਰੂਟ ਔਰ ਸਬਜ਼ੀ ਟੋਟਲੀ ਸਾਡੇ ਕਠੂਆ ਸ਼ਹਿਰ 'ਚ ਬੰਦ ਹੋਏਗੀ, ਔਰ ਸਭ ਤੋਂ ਵੱਡੀ ਗੱਲ ਹੈ ਬਾਹਰੋਂ ਵੀ ਅਗਰ ਕੋਈ ਬੰਦਾ ਆਪਣੀ ਪਠਾਨਕੋਟ ਜਾਂ ਆਗੂ ਪਿੱਛੋਂ ਕੋਈ ਆਪਣੇ ਵਹੀਕਲ 'ਚ ਸਬਜ਼ੀ ਲਿਆਈਏ ਵੇਚਦਾ ਹੈ ਤਾਂ ਉਹ ਆਪਣਾ ਜ਼ਿੰਮੇਵਾਰ ਆਪੇ ਹੋਏਗਾ, ਕਿਉਂਕਿ ਸਾਡੀ ਯੂਨੀਅਨ ਦਾ ਇੱਕ ਆਰਡਰ ਆਇਆ ਹੈ ਫਰੂਟ ਔਰ ਸਬਜ਼ੀ ਬੰਦ ਰਹੇਗੀ ਸੋਮ ਟੂ ਮੰਗਲ, ਅੱਗੇ ਫਰਦਰ ਉਹ ਡਿਸਾਈਡ ਹੋਏਗਾ ਮੰਗਲਵਾਰ, ਔਰ ਫਰੂਟ ਮੰਡੀ ਔਰ ਸਬਜ਼ੀ ਮੰਡੀ ਵੀ ਅਸੀਂ ਅੱਜ ਜਾਈਏ ਉਹਨਾਂ ਨੂੰ ਅਵੇਅਰ ਕਰਨਾ ਕਿ 2 ਦਿਨ ਚਲਾ ਸਕਦੇ ਹੋ, ਉਹਦੇ ਬਾਅਦ ਟੋਟਲੀ ਫਰੂਟ ਮੰਡੀ ਸਬਜ਼ੀ ਮੰਡੀ ਬੰਦ ਰਹੇਗੀ।